ਜਿਵੇਂ ਕਿ ਤੁਹਾਨੂੰ ਪਤਾ ਕਿ ਪਿਛਲੇ ਦਿਨੀ ਮੰਤਰੀ ਬਾਜੇਕ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ। ਮੰਤਰੀ ਬਾਜੇਕ ਨੇ ਆਪਣੀ ਗ੍ਰਿਫਤਾਰੀ ਤੋਂ ਪਹਿਲਾਂ ਇੱਕ ਵੀਡੀਓ ਸਾਂਝੀ ਕੀਤੀ ਜਿਸ ਵਿੱਚ ਉਸਨੇ ਦੱਸਿਆ ਸੀ ਕਿ ਮੈਨੂੰ ਪੁਲਿਸ ਫੜਨ ਆਈ ਹੈ, ਪਰ ਕੁਝ ਲੋਕਾਂ ਨੇ ਉਸ ਵੀਡੀਓ ਨੂੰ ਲੈ ਕੇ ਮੰਤਰੀ ਬਾਜੇਕ ਦਾ ਬਹੁਤ ਮਜ਼ਾਕ ਉਡਾਇਆ। ਪਰ ਕੁਝ ਲੋਕਾਂ ਨੇ ਇਹ ਵੀ ਕਿਹਾ ਕਿ ਮੰਤਰੀ ਬਾਜੇਕ ਨਾਲ ਜੋ ਹੋਇਆ ਉਹ ਬਿਲਕੁਲ ਸਹੀ ਹੋਇਆ। ਤੁਸੀਂ ਇੱਕ ਨੌਜਵਾਨ ਦੀ ਵੀਡੀਓ ਵੇਖਿਓ ਤੇ ਫਿਰ ਦੱਸਿਓ ਕਮੈਂਟ ਕਰਕੇ ਕਿ ਤੁਹਾਡੇ ਉਸ ਵੀਡੀਓ ਬਾਰੇ ਕੀ ਵਿਚਾਰ ਨੇ। ਮੰਤਰੀ ਬਾਜੇਕ ਦਾ ਕਹਿੰਦੇ ਵੀਡੀਓ ਪਾਈ ਦੇ ਮਜ਼ਾਕ ਬਣਾ ਤਾ, ਐਂ ਕਰਤਾ, ਜੋ ਕਰਤਾ। ਬਾਈ ਮਜ਼ਾਕ ਬਣਾਉਣਾ ਇਹ ਸੀਗਾ, ਬੰਦਾ ਬਹੁਤ ਗਲਤ ਸੀਗਾ, ਪਹਿਲਾਂ ਜਾਤਾਂ ਪਾਤਾਂ ਗਲਤ ਬੋਲਦਾ ਸੀਗਾ, ਥਾਪੀਆਂ ਮਾਰਦਾ ਸੀਗਾ, ਕਿੱਡਾ ਕੁ ਬਦਮਾਸ਼ ਆ, ਹੁਣ ਪੁਲਿਸ ਵਾਲਿਆਂ ਦਾ ਕਰਦਾ ਕ ਮੁਕਾਬਲਾ ਹੈ, ਹੁਣ ਹੈਕ ਤਾਣ ਕੇ ਖੜਦਾ ਵੀ ਮੈਂ ਖੜਾ ਸੂਰਮੇ ਵਾਲੀਆਂ ਗੱਲਾਂ ਕਰਦਾ ਉਹ ਹੈ, ਅਤੇ ਉਹ ਤਾਂ ਭੱਜਿਆ ਜਾਂਦਾ। ਬਾਈ ਮੈਨੂੰ ਫੜ ਲਓ, ਸ਼ੇਅਰ ਕਰ ਦਿਓ ਇਹ ਵੀਡੀਓ, ਸ਼ੇਅਰ ਕਰ ਦਿਓ, ਇਹ ਗੱਲਾਂ ਹੁੰਦੀਆਂ। ਜਾਂਦਾ ਸੂਰਮਿਆਂ ਮੂੰਹ ਖੜਦਾ ਬਾਈ ਮੈਨੂੰ ਕਰੋ ਗ੍ਰਿਫਤਾਰ ਅੰਮ੍ਰਿਤਪਾਲ ਪਿੱਛੇ ਹੈਂ, ਇਹ ਅੰਮ੍ਰਿਤਪਾਲ ਦੇ ਪਿੱਛੇ ਖੜਨ ਦੀ ਗੱਲ ਹੈ, ਭੱਜਿਆ ਜਾਂਦਾ ਉਹ ਤਾਂ। ਅਤੇ ਬਾਕੀ ਇਹ ਗੱਲ ਆ, ਕਿਹੜੇ ਕਹਿੰਦੇ ਦੁੱਧ ਪਾਣੀ ਬੰਦ ਕਰ ਦਿਉ, ਚੀਕਾਂ ਪੈਣਗੀਆਂ, ਦੁੱਧ ਪਾਣੀ ਬੰਦ ਕਰਕੇ ਵੇਖ ਲਓ, ਇੱਥੇ ਖਲਾਰੇ ਵੇਖੀ ਪੈਂਦੇ ਫਿਰ ਇਹ ਦੁਨੀਆਂ, ਇਹ ਤੈਨੂੰ ਪਤਾ ਕਿੰਨੀ ਆ ਫਿਰ, ਠੀਕ ਆ। ਅੰਮ੍ਰਿਤਪਾਲ ਦਾ ਆਪਾਂ ਮੰਨਦੇ ਹਾਂ ਮਾੜਾ ਹੋਇਆ, ਉਹਦੇ ਨਾਲ ਖੜ੍ਹੇ ਹਾਂ ਆਪਾਂ, ਕਿੱਥੇ ਖੜਾਊਗਾ, ਖੜਾਂਗੇ ਦੱਸੋ ਕਿੱਥੇ ਜਾਣਾ, ਕੀ ਕਰੀਏ ਹੈਂ। ਅਤੇ ਉਹਨੂੰ ਮੰਤਰੀ ਬਾਜੇਕ ਨੂੰ ਕਹਿੰਦਾ ਮੈਂ, ਅਤੇ ਉਹ